ਆਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਚੋਣਾਂ ਦਾ ਅਖਾੜਾ ਮੁੜ ਕੇ ਮਾ ਗਿਆ ਹੈ। 4 ਮਿਊਂਸੀਪਲ ਕਾਰਪੋਰੇਸ਼ਨਸ, 3 ਮਿਊਂਸੀਪਲ ਕਾਉਂਸਲਸ ਤੇ 26 ਨਗਰ ਪੰਚਾਇਤਾਂ ਦੀਆਂ ਚੋਣਾਂ ਹੋ ਰਹੀਆਂ ਨੇ। ਇਹਨਾਂ ਚੋਣਾਂ ਦਾ ਵਿਆਕਰਨ ਬੜਾ ਦਿਲਚਸਪ ਹੈ। ਵਿਧਾਨ ਸਭਾ ਚੋਣਾਂ ਤੋਂ ਬਾਅਦ ਮਿਊਂਸੀਪਲ ਚੋਣਾਂ ਹੋ ਰਹੀਆਂ ਨੇ। ਇਸ ਵਾਰ ਚਰਚਾ ਦਾ ਕੇਂਦਰ ਮੁੱਦੇ ਕੱਟਣੇ ਪਰ ਸਿਆਸੀ ਧਿਰਾਂ ਦਾ ਵਕਾਰ ਦਾਅ ਉੱਤੇ ਲੱਗਿਆ ਹੋਇਆ ਹੈ। ਹੁਕਮਰਾਨ ਅਕਾਲੀ ਭਾਜਪਾ ਗਠਜੋੜ ਆਪਣੀ ਵਿਧਾਨ ਸਭਾ ਚੋਣਾਂ ਦੀ ਜਿੱਤ ਨੂੰ ਦੁਹਰਾਉਣ ਲਈ ਜ਼ੋਰ ਲਗਾ ਰਿਹਾ ਹੈ। ਕਾਂਗਰਸ ਆਪਣੀ ਸਾਖ ਬਚਾਉਣ ਲਈ ਜ਼ੋਰ ਅਜਮਾਇਸ਼ ਕਰ ਰਹੀ ਹੈ। ਇਸੇ ਦੌਰਾਨ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਜਾਂ ਵਾਪਸ ਲਏ ਜਾਣ ਦੀਆਂ ਖਬਰਾਂ ਆ ਰਹੀਆਂ ਨੇ। 4 ਮਿਊਂਸੀਪਲ ਕਾਰਪੋਰੇਸ਼ਨਸ, 3 ਮਿਊਂਸੀਪਲ ਕਾਉਂਸਲਸ ਤੇ 26 ਨਗਰ ਪੰਚਾਇਤਾਂ ਦੀ ਚੋਣਾਂ ਲਈ ਕਾਂਗਰਸ ਤੋਂ ਬਿਨਾਂ ਕਿਸੇ ਵੀ ਪਾਰਟੀ ਨੇ ਚੋਣ ਮਨੋਰਥ ਪੱਤਰ ਜਾਰੀ ਨਹੀਂ ਕੀਤਾ। ਸ਼ਹਿਰੀ ਵਿਕਾਸ ਤੇ ਵਿਉਤਬੰਦੀ ਦੇ ਕਈ ਮਾਮਲੇ ਲਗਾਤਾਰ ਚਰਚਾ ਦਾ ਵਿਸ਼ਾ ਨੇ ਜੋ ਫੌਰੀ ਤਵੱਜੋ ਦੀ ਮੰਗ ਕਰਦੇ ਨੇ। ਜ਼ਿਆਦਾਤਰ ਸ਼ਹਿਰਾਂ ਦਾ ਸੀਵਰੇਜ ਪ੍ਰਬੰਧ ਇੰਨਾ ਨਾਕਸ ਹੈ ਕਿ ਥੋੜੇ ਜਿਹੇ ਮੀਂਹ ਨਾਲ ਹੀ ਸੜਕਾਂ ਉੱਤੇ ਪਾਣੀ ਭਰ ਜਾਂਦਾ ਹੈ ਤੇ ਆਵਾਜਾਈ ਵਿੱਚ ਵਿਘਨ ਪੈਂਦਾ ਹੈ। ਇਸੇ ਤਰ੍ਹਾਂ ਪੀਣ ਵਾਲਾ ਪਾਣੀ ਮੁਹੱਈਆ ਕਰਾਉਣਾ ਵੱਡੀ ਚੁਣੌਤੀ ਹੈ। ਸ਼ਹਿਰਾਂ ਵਿੱਚ ਵੱਧ ਰਹੀ ਭੀੜ ਨਾਲ ਪਾਰਕਿੰਗ ਅਹਿਮ ਮਾਮਲਾ ਬਣ ਗਈ ਹੈ। ਸ਼ਹਿਰਾਂ ਦੇ ਅੰਦਰ ਜਨਤਕ ਆਵਾਜਾਈ ਦੇ ਸਾਧਨਾਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ, ਪਰ ਇਹ ਇੰਤਜ਼ਾਮ ਕਿਤੇ ਵੀ ਪੁਖਤਾ ਨਹੀਂ ਹੈ। ਸ਼ਹਿਰਾਂ ਵਿੱਚ ਪਾਰਕਾਂ ਦੀ ਦੇਖ ਰੇਖ ਤੇ ਜਨਤਕ ਥਾਵਾਂ ਉੱਤੇ ਕੀਤੇ ਗਏ ਨਜਾਇਜ਼ ਕਬਜ਼ੇ ਅਖਬਾਰਾਂ ਦੀਆਂ ਸੁਰਖੀਆਂ ਤਾਂ ਬੜਦੇ ਨੇ ਤੇ ਹੁਣ ਚੋਣ ਮੁੱਦਾ ਹੋ ਸਕਦੇ ਨੇ। ਇਹ ਮੁੱਦੇ ਸ਼ਹਿਰੀ ਵਸੇਬੇ ਦੇ ਅਹਿਮ ਮਸਲੇ ਨੇ, ਪਰ ਚੋਣਾਂ ਦਾ ਵਿਆਕਰਣ ਜੋੜ ਤੋੜ ਉੱਤੇ ਜ਼ਿਆਦਾ ਟਿਕਿਆ ਹੋਇਆ ਹੈ। ਦੂਜੇ ਪੱਖ ਇਹ ਵੀ ਹੈ ਕਿ ਇਹੋ ਮਸਲੇ ਤਾਂ ਹੁਣ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਦੇ ਮੁੱਦੇ ਬੜਦੇ ਨੇ। ਵਿਧਾਇਕਾਂ ਤੇ ਸੰਸਦ ਮੈਂਬਰਾਂ ਦੇ ਹੁੰਦਿਆਂ ਮਿਊਂਸੀਪਲ ਚੋਣਾਂ ਦੇ ਜੇਤੂਆਂ ਦਾ ਅਖਤਿਆਰ ਖੇਤਰ ਤੈਅ ਕਰਨਾ ਮੁਸ਼ਕਿਲ ਕੰਮ ਹੈ। ਇਹ ਕਾਰਜ ਖੇਤਰ ਕਾਗਜ਼ ਉੱਤੇ ਤਾਂ ਤੈਅ ਹੋ ਸਕਦਾ ਹੈ, ਪਰ ਅਸਲ ਵਿੱਚ ਇਸ ਦਾ ਨਿਬੇੜਾ ਔਖਾ ਹੈ। ਪੰਜਾਬ ਦੇ ਮੁੱਖ ਮੰਤਰੀ ਇਹ ਕਹਿੰਦੇ ਰਹੇ ਨੇ ਕਿ ਕੇਂਦਰ ਨੇ ਕੇਂਦਰੀਕਰਨ ਰਾਹੀਂ ਸੂਬਿਆਂ ਦੀ ਹਾਲਤ ਮਿਊਂਸੀਪਲ ਕਮੇਟੀਆਂ ਵਰਗੀ ਕਰ ਦਿੱਤੀ ਹੈ। ਉਂਝ ਮਿਊਂਸੀਪਲ ਕਮੇਟੀਆਂ ਚਲਾਉਣਾ ਇੰਨਾ ਵੀ ਸੁਖਾਲਾ ਨਹੀਂ ਹੈ। ਇਨ੍ਹਾਂ ਤੇ ਘੱਟ ਪੈ ਰਹੇ ਆਮਦਨ ਸਰੋਤ ਤੇ ਵੱਧ ਰਹੀਆਂ ਜ਼ਿੰਮੇਵਾਰੀਆਂ ਵਿੱਚ ਸਮਤੋਲ ਕਿਵੇਂ ਬਣ ਸਕਦਾ ਹੈ? ਆਮਦਨ ਕਿਵੇਂ ਵਧੇਗੀ ਤੇ ਸ਼ਹਿਰੀ ਜੀਵਨ ਦੀ ਵੱਧ ਰਹੀ ਪੇਚੀਦਗੀ ਤੇ ਮੋਚ ਦੀ ਵਿਉਤਬੰਦੀ ਕਿਵੇਂ ਹੋ ਸਕੇਗੀ? ਮਿਊਂਸੀਪਲ ਚੋਣਾਂ ਜਮਹੂਰੀਅਤ ਦੀ ਅਹਿਮ ਸਰਗਰਮੀ ਨੇ। ਮੌਜੂਦਾ ਚੋਣਾਂ ਵਿੱਚ ਸਾਹਮਣੇ ਆਏ ਮੁੱਦਿਆਂ ਤੇ ਸਿਆਸਤ ਨੂੰ ਸਮਝਣ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਰਾਜਨ ਕਸ਼ਯਪ, ਜੋ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਨੇ ਤੇ ਇਹਨਾਂ ਨੇ ਸ਼ਹਿਰੀ ਵਿਕਾਸ ਤੇ ਯੋਜਨਾਬੰਦੀ ਵਿੱਚ ਬਹੁਤ ਸਾਰਾ ਕੰਮ ਕੀਤਾ ਹੈ। ਡਾਕਟਰ ਦਲਜੀਤ ਸਿੰਘ ਚੀਮਾ, ਜੋ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਸਲਾਹਕਾਰ ਨੇ ਤੇ ਮੌਜੂਦਾ ਚੋਣਾਂ ਦੇ ਪ੍ਰਚਾਰ ਵਿੱਚ ਲੱਗੇ ਹੋਏ ਨੇ। ਚਰਨਜੀਤ ਸਿੰਘ ਚੰਨੀ, ਜੋ ਚਮਕੌਰ ਸਾਹਿਬ ਤੋਂ ਕਾਂਗਰਸ ਦੇ ਵਿਧਾਇਕ ਨੇ ਤੇ ਇਹਨਾਂ ਨੇ ਖਰੜ ਮਿਊਂਸੀਪਲ ਕਮੇਟੀ ਦੀ 2 ਵਾਰ ਪ੍ਰਧਾਨਗੀ ਕੀਤੀ ਹੈ, ਤੇ ਕੁਲਵੀਰ ਸਿੰਘ ਕੰਗ, ਜੋ ਸਾਬਕਾ ਆਈਐਸ ਅਫਸਰ ਨੇ ਤੇ ਅੰਮ੍ਰਿਤਸਰ ਤੇ ਪਟਿਆਲਾ ਦੇ ਕਮਿਸ਼ਨਰ ਰਹੇ ਨੇ। ਤੁਹਾਡਾ ਸਾਰਿਆਂ ਦਾ ਅੱਜ ਦੀ ਇਸ ਚਰਚਾ ਵਿੱਚ ਸਵਾਗਤ ਹੈ। ਕਸ਼ਯਪ ਸਾਹਿਬ, ਜਿਹੜੀ ਗੱਲ ਹੈ ਕਿ ਵੀ ਇਹੀ ਮੁੱਦੇ ਵਿਧਾਨ ਸਭਾ 'ਚ ਹੁੰਦੇ ਨੇ ਤੇ ਇਹੀ ਲੋਕ ਸਭਾ ਦੀਆਂ ਚੋਣਾਂ ਵਿੱਚ ਹੁੰਦੇ ਨੇ, ਇਸ ਹਾਲਾਤ ਦੇ ਵਿੱਚ ਮਿਊਂਸੀਪਲ ਦੀਆਂ ਜਿਹੜੀਆਂ ਚੋਣਾਂ ਨੇ, ਇਹਨਾਂ ਦੀ ਕੀ ਅਹਿਮੀਅਤ ਰਹਿ ਜਾਂਦੀ ਹੈ ਤੇ ਕਿਹੜੇ ਮੁੱਦੇ ਰਹਿ ਜਾਂਦੇ ਨੇ ਜਿਹੜੇ ਇਹਨਾਂ ਦੇ ਰਾਹੀਂ ਹੀ ਵਿਚਾਰੇ ਜਾ ਸਕਦੇ ਨੇ? ਜੋ ਅਸਲੀ ਮੁੱਦਾ ਹੈ ਉਹ ਮੇਰਾ ਖਿਆਲ ਹੈ ਦੋਨੋਂ ਪਾਰਟੀਆਂ ਨੇ ਨਹੀਂ ਉਠਾਇਆ। ਉਹ ਇਹ ਹੈ ਕਿ ਇਹ ਜਿਹੜੀ ਲੋਕਲ ਗਵਰਨਮੈਂਟ ਹੈ, ਲੋਕਲ ਮਤਲਬ ਲੋਕਲ ਸਥਾਨਕ, ਉਹਨੂੰ ਅਖਤਿਆਰ ਹੀ ਨਹੀਂ ਹਨ, ਅਖਤਿਆਰ ਹੈ ਸਟੇਟ ਗਵਰਨਮੈਂਟ ਦੇ। ਮਿਊਂਸਪੈਲਿਟੀਆਂ ਨੂੰ ਜੇ ਸਟੇਟ ਗਵਰਨਮੈਂਟ ਦੇ ਅਧੀਨ ਤੁਸੀਂ ਸਮਝੋ ਤਾਂ ਉਹਨਾਂ ਦੀ ਪੂਰੀ ਡਿਸਕ੍ਰੀਸ਼ਨ, ਉਹਨਾਂ ਦੀ ਐਂਟਰਪ੍ਰਾਈਜ਼ ਸਭ ਕੁਝ ਖਤਮ ਹੋ ਜਾਂਦੀ। ਉਹਨਾਂ ਨੂੰ ਇਹ ਵੀ ਅਖਤਿਆਰ ਨਹੀਂ ਕਿ ਉਹ ਟੈਕਸ ਲਗਾਉਣ, ਉਹਨਾਂ ਨੂੰ ਇਹ ਵੀ ਅਖਤਿਆਰ ਨਹੀਂ ਕਿ ਸਫਾਈ ਕਰਨ। ਔਰ ਇਹਨਾਂ ਨੂੰ ਬਹਾਨਾ ਮਿਲ ਜਾਂਦਾ ਹੈ ਕਿ ਜੋ ਕੰਮ ਉਹਨਾਂ ਨੂੰ ਕਰਨੇ ਚਾਹੀਦੇ ਹੈ, ਗਾਰਬੇਜ ਰਿਮੂਵਲ, ਸਟਰੀਟ ਲਾਈਟਿੰਗ, ਨਵੀਆਂ ਸੜਕਾਂ ਠੀਕ ਕਰਨਾ, ਇਹ ਸਾਰੀਆਂ ਚੀਜ਼ਾਂ ਇਹਨਾਂ ਨੂੰ ਇੱਕ ਤਰ੍ਹਾਂ ਦੇ ਹੱਥ ਬੰਨੇ ਗਏ ਹੈ। ਮੁੱਦਾ ਹੋਣਾ ਚਾਹੀਦਾ ਸੀਗਾ ਮੇਰੇ ਮੁਤਾਬਕ ਕਿ ਕਿਉਂ ਨਾ ਆਪਣੀ 74ਵੀਂ ਅਮੈਂਡਮੈਂਟ ਦੇ ਵਿੱਚ ਇਹਨਾਂ ਨੂੰ ਅਖਤਿਆਰ ਜਿਹੜੇ ਕਿ ਔਨ ਪੇਪਰ ਦਿੱਤੇ ਗਏ ਹੈ, ਕਿਉਂ ਨਹੀਂ ਉਹਨਾਂ ਕੋਲ ਦਿੱਤੇ ਗਏ? ਕਿਉਂਕਿ ਜਦੋਂ ਤੱਕ ਅਖਤਿਆਰ ਨਾ ਹੋਣ ਤਾਂ ਉਹਨਾਂ ਦੀ ਜਵਾਬ ਤਲਬੀ ਨਹੀਂ ਤੁਸੀਂ ਕਰ ਸਕਦੇ। ਜੇ ਅਖਤਿਆਰ ਹੋਣਗੇ ਉਹ ਕਹਿਣਗੇ ਹੁਣ ਦੇਖੋ ਗਵਰਨਮੈਂਟ ਆਫ ਇੰਡੀਆ ਦੇ ਇੰਨਾ ਪੈਸਾ ਹੈ ਜੋ ਕਿ ਪੰਜਾਬ ਗਵਰਨਮੈਂਟ ਸਰੈਂਡਰ ਕਰ ਰਹੀ ਹੈ ਪਿਛਲੇ 5-7 ਸਾਲਾਂ ਦੇ ਵਿੱਚ। ਇਹ ਨਹੀਂ ਕਿ ਇਸ ਗਵਰਨਮੈਂਟ ਅਕਾਲੀਆਂ ਦੇ ਟਾਈਮ ਤੇ ਹੋਏ ਜਾਂ ਕਾਂਗਰਸ ਦੇ ਟਾਈਮ ਤੇ ਹੋਏ, ਬਾਕੀ ਸਟੇਟਾਂ ਜਿੱਦਾਂ ਕਿ ਗੁਜਰਾਤ ਔਰ ਤਾਮਿਲਨਾਡੂ, ਉਹ ਜਵਾਹਰ ਲਾਲ ਨਹਿਰੂ ਅਰਬਨ ਰਿਨਿਊਅਲ ਮਿਸ਼ਨ ਚੋਂ ਵੀ ਪੈਸੇ ਆ ਰਹੇ, ਉਹ ਵੀ ਲੈ ਲੈਂਦੇ ਹੈ। ਅਸੀਂ ਇਸ ਕਰਕੇ ਨਹੀਂ ਲੈ ਸਕਦੇ ਕਿਉਂਕਿ ਅਸੀਂ ਆਪਣਾ ਡਿਸਿਪਲਿਨ ਨਹੀਂ ਹੈ। ਉਹਨਾਂ ਨੇ ਕੋਈ ਨੁਕਤੇ ਰੱਖੇ ਹੈ ਕਿ ਜੇ ਤੁਸੀਂ ਇੰਨਾ ਪੈਸਾ ਆਪਣੇ ਵੱਲੋਂ ਦਿਓਗੇ ਤਾਂ ਅਸੀਂ ਤੁਹਾਨੂੰ ਪੈਸੇ ਦੇਵਾਂਗੇ।
ਸੋ ਮੇਰੇ ਖਿਆਲ ਨਾਲ ਤਾਂ ਇਹ ਮੇਰਾ ਕੋਈ ਸ਼ਰਤਾਂ ਵੀ ਨੇ ਕਿ ਵੀ ਇਹ ਟੈਕਸ ਲੱਗਣੇ ਚਾਹੀਦੇ ਨੇ ਖਾਸ ਤੌਰ ਤੇ ਪਾਣੀ ਤਾਂ ਹੈਗੀਆਂ ਹੀ ਸ਼ਰਤਾਂ ਤੋਂ ਪੈਸੇ ਤੋਂ ਬਿਨਾਂ ਚੱਲ ਨਹੀਂ ਸਕਦੀ ਹੁਣ ਮੈਂ ਦੇਖਿਆ ਜੋ ਮੈਮੋਰੈਂਡਮ ਜੋ ਆਪਣਾ ਮੈਨੀਫੈਸਟੋ ਹੈਗਾ ਕਾਂਗਰਸ ਦਾ ਵੀ ਔਰ ਅਕਾਲੀ ਪਾਰਟੀ ਦਾ ਉਹਨਾਂ ਨੇ ਇਸ ਦੇ ਬਾਰੇ ਕਿਤੇ ਨਹੀਂ ਕਿਹਾ ਹੈ ਕਿ ਅਸੀਂ ਵਿਕਾਸ ਦੇ ਵਿੱਚ ਜਾਂ ਸਫਾਈ ਜਾਂ ਪੋਲਿਊਸ਼ਨ ਕੱਟਾਂਗੇ ਜਾਂ ਇਹੋ ਜਿਹੀ ਚੀਜ਼ ਨਹੀਂ ਕਹੀ ਸਭ ਤੋਂ ਵੱਡੀ ਅਹਿਮ ਚੀਜ਼ ਕੈਪਟਨ ਅਮਰਿੰਦਰ ਸਿੰਘ ਜੀ ਨੇ ਅਨਾਊਂਸ ਕੀਤਾ ਕਿ ਜਿਹੜੀਆਂ ਅਨਆਥੋਰਾਈਜ਼ਡ ਕਾਲੋਨੀਆਂ ਹੈਗੀਆਂ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਰੈਗੂਲਰਾਈਜ਼ ਕਰ ਦੇਵਾਂਗੇ ਉਸੇ ਤਰ੍ਹਾਂ ਅਕਾਲੀ ਪਾਰਟੀ ਨੇ ਆਪਣੇ ਮੈਨੀਫੈਸਟੋ ਵਿੱਚ ਲਿਖਿਆ ਹੋਇਆ ਸੀ ਕਿ ਜਿਹੜੀਆਂ ਅਨਆਥੋਰਾਈਜ਼ਡ ਕਾਲੋਨੀ ਆਪਣੇ ਆਪ ਕਿਹਾ ਕਿ ਅਨਆਥੋਰਾਈਜ਼ਡ ਕਾਲੋਨੀ ਇਹਨਾਂ ਨੂੰ ਅਸੀਂ ਪੂਰੀਆਂ ਫੈਸਿਲਿਟੀਜ਼ ਦੇਵਾਂਗੇ ਯਾਨੀ ਕਿ ਤੁਸੀਂ ਇੱਕ ਤਰ੍ਹਾਂ ਦੇ ਪਬਲਿਕ ਨੂੰ ਕਹਿ ਰਹੇ ਹੋ ਕਿ ਵੀ ਅਨਆਥੋਰਾਈਜ਼ ਕਰੋ ਤੁਹਾਨੂੰ ਅਸੀਂ ਸਪੋਰਟ ਕਰਾਂਗੇ ਸੋ ਜਿਹੜਾ ਡਿਸਿਪਲਿਨ ਹੈ ਉਹ ਬਹੁਤ ਘੱਟ ਹੈ ਜਦੋਂ ਤੱਕ ਡਿਸਿਪਲਿਨ ਨਹੀਂ ਹੋਊਗਾ ਤਾਂ ਅਸੀਂ ਅੱਗੇ ਨਹੀਂ ਵੱਧ ਸਕਦੇ ਹਾਂਜੀ ਚੀਮਾ ਸਾਹਿਬ ਇਸ ਹਾਲਾਤ ਦੇ ਵਿੱਚ ਜਿਹੜੇ ਮਿਊਂਸੀਪਲ ਚੋਣਾਂ ਨੇ ਉਹਨਾਂ ਦੇ ਕੀ ਮਾਇਨੇ ਰਹਿ ਜਾਂਦੇ ਨੇ ਦੇਖੋ ਗੱਲ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਚਾਹੇ ਪੰਚਾਇਤ ਹੈ ਚਾਹੇ ਮਿਊਂਸੀਪਲ ਕਮੇਟੀ ਹੈ ਚਾਹੇ ਕਾਰਪੋਰੇਸ਼ਨ ਹੈ ਉਹਦੀ ਇੱਕ ਆਪਣੀ ਵੱਖਰੀ ਅਹਿਮੀਅਤ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਹਾਲੇ 65 ਸਾਲਾਂ ਦੇ ਵਿੱਚ ਅਸੀਂ ਇਹਨਾਂ ਸੰਸਥਾਵਾਂ ਨੂੰ ਉਨਾ ਸ਼ਕਤੀਸ਼ਾਲੀ ਨਹੀਂ ਬਣਾ ਸਕੇ ਕਿ ਜਿੰਨੀਆਂ ਹੁਣ ਤੱਕ ਬਣਨੀਆਂ ਚਾਹੀਦੀਆਂ ਸਗੋਂ ਇਹਨਾਂ ਨੂੰ ਖੋਰਾ ਲੱਗਿਆ ਲਗਾਤਾਰ ਪਰ ਇਹ ਨਹੀਂ ਕਿ ਇਹਨਾਂ ਦੀ ਬਿਲਕੁਲ ਅਹਿਮੀਅਤ ਨਹੀਂ ਹੈ ਬਹੁਤ ਸਾਰੀ ਜਿਹੜੀ ਰੋਜ਼ਮਰਾ ਦੀ ਲੋਕਾਂ ਦੀਆਂ ਤਕਲੀਫਾਂ ਜਿਹੜੀ ਲੋਕਲ ਲੈਵਲ 'ਤੇ ਕਾਰਪੋਰੇਸ਼ਨ ਹੱਲ ਕਰਦੀ ਹੈ ਔਰ ਪਿੰਡ ਲੈਵਲ 'ਤੇ ਹਾਲੇ ਤੱਕ ਵੀ ਪੰਚਾਇਤ ਜਿਹੜੀ ਹੈ ਉਹ ਹੱਲ ਕਰਦੀ ਇਹਨਾਂ ਦੇ ਜਿਹੜੇ ਮਾਲੀ ਸਾਧਨ ਸੀਮਿਤ ਹੋਣ ਕਰਕੇ ਹਾਲੇ ਜ਼ਿਆਦਾ ਡਿਪੈਂਡੈਂਸ ਇਹਨਾਂ ਦੀ ਜਿਹੜੀ ਹੈ ਉਹ ਸਟੇਟ ਗਵਰਨਮੈਂਟ 'ਤੇ ਹੈ ਜਾਂ ਯੂਨੀਅਨ ਗਵਰਨਮੈਂਟ 'ਤੇ ਸੋ ਕਸ਼ਮ ਸਾਹਿਬ ਗੱਲ ਕਰ ਰਹੇ ਸੀਗੇ ਵੀ ਇਹਨਾਂ ਨੂੰ ਵੱਧ ਅਧਿਕਾਰ ਦੇਣ ਦੇ ਹਾਲੇ ਵੀ ਕਲੀਅਰ ਨਹੀਂ ਵੀ ਸਟੇਟਾਂ ਪਹਿਲਾਂ ਵੱਧ ਅਧਿਕਾਰ ਦੇਣ ਕਿ ਹਾਲੇ ਸੈਂਟਰ ਜਿਹੜੀ ਹੈ ਉਹ ਆਪਣੀ ਦਖਲਅੰਦਾਜ਼ੀ ਥੱਲੇ ਕਾਰਪੋਰੇਸ਼ਨਾਂ ਤੱਕ ਛੱਡੇ ਕਿਉਂਕਿ ਜਦੋਂ ਅਸੀਂ ਕੇਂਦਰ ਦੀਆਂ ਸਕੀਮਾਂ ਦੀਆਂ ਗੱਲ ਕਰਦੇ ਹਾਂ ਤੇ ਹਾਲੇ ਤੱਕ ਤਾਂ ਕੇਂਦਰ ਨੇ ਕਾਰਪੋਰੇਸ਼ਨਾਂ ਤੋਂ ਆਪਣਾ ਕੰਟਰੋਲ ਜਿਹੜਾ ਉਹ ਹੀ ਨਹੀਂ ਛੱਡਿਆ ਜੇ ਉਹਨੇ ਵੀ ਕੋਈ ਪੈਸਾ ਦੇਣਾ ਹੁੰਦਾ ਤਾਂ ਉਹ ਵੀ ਆਪਣਾ ਚਾਹੁੰਦਾ ਕਿ ਥੱਲੇ ਮਿਊਂਸੀਪਲ ਕਮੇਟੀ ਤੱਕ ਮੇਰਾ ਹੀ ਕੰਟਰੋਲ ਹੋਵੇ ਮੇਰੀ ਹੀ ਸਕੀਮ ਉੱਥੇ ਲਾਗੂ ਹੋਵੇ ਹਾਲੇ ਤਾਂ ਕੇਂਦਰ ਦਾ ਰੇੜਕਾ ਖਤਮ ਹੋਏਗਾ ਫਿਰ ਸਟੇਟਾਂ ਤੋਂ ਬਾਅਦ ਜਾ ਕੇ ਆਪਾਂ ਸੋਚ ਸਕਦੇ ਹਾਂ ਕਿ ਇਸ ਤੋਂ ਅੱਗੇ ਵੀ ਕੋਈ ਹਾਂਜੀ ਚੰਨੀ ਸਾਹਿਬ ਤੁਸੀਂ ਨਾ ਖਰੜ ਮਿਊਂਸੀਪਲ ਕਮੇਟੀ ਦੇ ਦੋ ਵਾਰ ਪ੍ਰਧਾਨ ਰਹੇ ਹੋ ਕਿਸ ਕਿਸਮ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਇਹ ਦੋਨੇ ਜਿਹੜੇ ਸਾਡੇ ਪੈਨਲਿਸਟ ਨੇ ਗੱਲਾਂ ਕੀਤੀਆਂ ਨੇ ਤੁਸੀਂ ਇਹਨਾਂ ਨੂੰ ਕਿਵੇਂ ਦੇਖਦੇ ਹੋ ਅਸਲ ਵਿੱਚ ਪਹਿਲਾਂ ਜਿਹੜੀ ਮਿਊਂਸੀਪਲ ਕੌਂਸਲਾਂ ਦੀ ਚੋਣ ਸੀਗੀ ਉਹ ਲੋਕਲ ਮੁੱਦਿਆਂ 'ਤੇ ਲੋਕਲ ਲੋਕਾਂ ਦੀ ਚੋਣ ਹੁੰਦੀ ਸੀ ਲੋਕਲ ਹੀ ਸਾਰਾ ਕੁਝ ਨਿਪਟਾਇਆ ਜਾਂਦਾ ਸੀ ਹੁਣ ਪਿਛਲੇ ਸਮੇਂ ਤੋਂ ਕਾਫੀ ਇਹ ਨਹੀਂ ਕਿ ਇਸੇ ਸਰਕਾਰ ਤੋਂ ਪਹਿਲਾਂ ਤੋਂ ਵੀ ਹੁਣ ਇਹ ਹੋ ਗਿਆ ਕਿ ਸਰਕਾਰਾਂ ਦੀ ਡਾਇਰੈਕਟ ਇਨਵੋਲਵਮੈਂਟ ਹੋ ਗਈ ਪੋਲੀਟੀਕਲ ਪਾਰਟੀਜ਼ ਹੈ ਜਿਹੜੀਆਂ ਉਹ ਡਾਇਰੈਕਟ ਇਨਵੋਲਵ ਹੋ ਗਈਆਂ ਡਾਇਰੈਕਟਲੀ ਉਹਦੇ ਨਾਲ ਬੜਾ ਭਾਰੀ ਜਿਹੜਾ ਨੁਕਸਾਨ ਸਭ ਤੋਂ ਬੜਾ ਇਹ ਆ ਰਿਹਾ ਕਿ ਜਿਹੜੀ ਵੀ ਸਰਕਾਰ ਬਣਦੀ ਹੈ ਉਹ ਚਾਹੁੰਦੀ ਹੈ ਕਿ ਜਿਹੜੀ ਵੀ ਮਿਊਂਸੀਪਲ ਕੌਂਸਲ ਬਣੇ ਉਹ ਸਾਡੇ ਨਾਲ ਹੀ ਸੰਬੰਧਿਤ ਹੋਵੇ ਸਾਡੀ ਪਾਰਟੀ ਦੀ ਉਹ ਬਣੇ ਹੁਣ ਅੱਜ ਹੀ ਮਿਊਂਸੀਪਲ ਚੋਣਾਂ ਹੋ ਰਹੀਆਂ ਇਹਦੇ ਵਿੱਚ ਵੀ ਇਹੀ ਹੈ ਕਿ ਸਰਕਾਰ ਅੱਜ ਲੜਾਈ ਅਕਾਲੀ ਦਲ ਬੀਜੇਪੀ ਅਤੇ ਕਾਂਗਰਸ ਦੇ ਵਿਚਾਲੇ ਨਹੀਂ ਹੈ ਅੱਜ ਹੈਗੀ ਹੈ ਸਰਕਾਰ ਵਰਸਿਸ ਓਪੋਜੀਸ਼ਨ ਸਰਕਾਰ ਚੋਣਾਂ ਲੜ ਰਹੀ ਹੈ ਅਕਾਲੀ ਦਲ ਨਹੀਂ ਚੋਣਾਂ ਲੜ ਰਿਹਾ ਇਸ ਕਰਕੇ ਅੱਜ ਜਿਹੜੀ ਸਥਿਤੀ ਹੋ ਗਈ ਹੈ ਮਿਊਂਸੀਪਲ ਕੌਂਸਲਾਂ ਦੀ ਉਹ ਟੋਟਲੀ ਪੰਜਾਬ ਸਰਕਾਰ 'ਤੇ ਡਿਪੈਂਡੈਂਟ ਹੋ ਗਈ ਹੈ ਜੋ ਪੰਜਾਬ ਸਰਕਾਰ ਕਹੇਗੀ ਉਹ ਹੋਏਗਾ ਜੋ ਪੰਜਾਬ ਸਰਕਾਰ ਕਹੇਗੀ ਨਹੀਂ ਕਹੇਗੀ ਉਹ ਨਹੀਂ ਹੋਏਗਾ ਪਰ ਇਹ ਜਿਹੜਾ ਰੁਝਾਨ ਹੈ ਇਹ ਸਿਰਫ ਅਕਾਲੀ ਦਲ ਨਾਲ ਤਾਂ ਸ਼ੁਰੂ ਨਹੀਂ ਹੋਇਆ ਤੋਂ ਪਹਿਲਾਂ ਤੋਂ ਚੱਲਦਾ ਰਿਹਾ ਸ਼ੁਰੂ ਮੈਂ ਪਹਿਲਾਂ ਕਿਹਾ ਮੈਂ ਆਪਣੇ ਸ਼ਬਦਾਂ 'ਚ ਕਹਿ ਚੁੱਕਿਆ ਕਿ ਅਕਾਲੀ ਦਲ ਜ਼ਿੰਮੇਵਾਰ ਇਕੱਲਾ ਨਹੀਂ ਹੈ ਲੇਕਿਨ ਚਰਮ ਸੀਮਾ ਆ ਗਈ ਹੈ ਅੱਜ ਹਾਲਾਤ ਇਹ ਹੋ ਗਏ ਹੈ ਕਿ ਬਾਈ ਹੁੱਕ ਔਰ ਕਰੁੱਕ ਸਾਡੇ ਬੰਦੇ ਬਣਨੇ ਚਾਹੀਦੇ ਹੈ ਹਾਲਾਤ ਇੱਥੇ ਆ ਕੇ ਖੜ ਗਏ ਹੈ ਜਿਹੜਾ ਲੋਕਤੰਤਰ ਦੀ ਗੱਲ ਚੀਮਾ ਸਾਹਿਬ ਨੇ ਵੀ ਕੀਤੀ ਹੈ ਅੱਜ ਜਿਹੜਾ ਲੋਕਤੰਤਰ ਹੈ ਉਹਦੇ ਕੋਈ ਪੰਜਾਬ ਦੇ ਵਿੱਚ ਜਾਂ ਮਿਊਂਸੀਪਲ ਕੌਂਸਲਰ ਅਤੇ ਪੰਚਾਇਤਾਂ ਦੀਆਂ ਚੋਣਾਂ 'ਚ ਮਾਇਨੇ ਨਹੀਂ ਰਹਿ ਗਿਆ ਲੇਕਿਨ ਇੱਥੇ ਮੈਂ ਇੱਕ ਗੱਲ ਹੋਰ ਵੀ ਕਰਨ ਲੱਗਣਾ ਚਾਹੁੰਦਾ ਕਿ ਸਰਕਾਰ ਬਣਦੀ ਹੈ ਅੱਜ ਵਿਧਾਨ ਸਭਾ ਬਣੀ ਮੈਂ ਪਿਛਲੀ ਵਾਰ MLA ਬਣ ਗਿਆ 3 ਸਾਲ ਤਾਂ ਸਾਨੂੰ ਇਲੈਕਸ਼ਨਾਂ ਤੋਂ ਵਿਹਲ ਨਹੀਂ ਮਿਲਿਆ ਪਹਿਲਾਂ ਮਿਊਂਸੀਪਲ ਕੌਂਸਲਾਂ ਦੇ ਇਲੈਕਸ਼ਨ ਹੋ ਗਏ ਮਿਊਂਸੀਪਲ ਕਾਰਪੋਰੇਸ਼ਨਾਂ ਦੇ ਹੋ ਗਏ ਫਿਰ ਪੰਚਾਇਤਾਂ ਦੇ ਹੋ ਗਏ ਬਲਾਕ ਸਮਿਤੀਆਂ ਦੇ ਹੋ ਗਏ ਸੁਸਾਇਟੀਆਂ ਦੇ ਹੋ ਗਏ ਇਲੈਕਸ਼ਨ ਹੀ ਖਤਮ ਨਹੀਂ ਹੁੰਦੇ ਮੈਂ ਤਾਂ ਇਹ ਵੀ ਕਹਿਣਾ ਚਾਹੁੰਦਾ ਕਿ ਜਾਂ ਤਾਂ ਸਾਰੇ ਇਲੈਕਸ਼ਨ ਇੱਕ ਵਾਰ ਹੋ ਜਾਣ ਤਾਂ ਕਿ ਕਿਉਂਕਿ ਹੁਣ ਦੇਖੋ 2 ਮਹੀਨੇ ਤੋਂ ਕੋਈ ਮੰਤਰੀ MLA ਤੁਹਾਨੂੰ ਮਿਲੇਗਾ ਨਹੀਂ ਸਾਰੇ ਇਲੈਕਸ਼ਨਾਂ 'ਚ ਗਏ ਵੇ CM ਸਾਹਿਬ ਨੂੰ ਵੀ ਇਹੀ ਕੰਮ ਹੈ ਹੋਰ ਕੋਈ CM ਆਏਗਾ ਉਸਨੂੰ ਵੀ ਇਹੀ ਰਹੇਗਾ ਅਤੇ ਇਸੇ ਤਰ੍ਹਾਂ ਅਤੇ ਇਹ ਸਿਲਸਿਲਾ 3 ਸਾਲ ਤੱਕ ਜਦੋਂ ਤੱਕ ਪਾਰਲੀਮੈਂਟ ਨਹੀਂ ਹੋ ਜਾਂਦੀ ਇਹੀ ਚੱਲੀ ਜਾਣਾ ਹਾਂਜੀ ਮੇਰਾ ਇੱਕ ਸੁਝਾਅ ਹੈ ਹਾਲਾਂਕਿ ਇਹ ਨੈਸ਼ਨਲ ਲੈਵਲ 'ਤੇ ਡਿਬੇਟ ਦੀ ਗੱਲ ਹੈ
कि जिहड़ी सरकार बन जाए उन्हूं लोकां ने फतवा देता वो अपनी पंचायतां अपने ब्लॉक समितियां अपने जिला परिषद नॉमीनेट कर दें एक महीने जे सिलसिला खत्म हो गए ता कि डिवेलपमेंट वास्ते तो सोचिए सरकार डिवेलपमेंट वास्ते बनी है म्यूनसिपल कौंसल डिवेलपमेंट वास्ते बननी है जे अज एक भी कारपोरेशन सरकार तो उल्ट बन जाती है वह कम ही नहीं चलन देना सरकार ने अजे तक होंगे आया चाहे सरकार कोई भी हो पिछली बार एक मोहाली म्यूनसिपल कमेटी बनी सी पांच साल गदीगेड़ पैंदा रहा रौला पैंदा रहा। हाँ जी थोड़ा नुकता बिल्कुल स्पष्ट हो गया कंग साहब जिस किस्म का वो ड्रास्टिक उन्होंने सजेशन दिता कि यह तो नॉमीनेशन ही हो जानी चाहिए ने मतलब कितने ना कितने तिने पैनलिस्ट इस गल से सहमत ने कि भी जिहड़ियां चोणां हो रही ने इस वेले यह कोई बहुत वड्डा कोई काम नहीं करन वालियां ते जां बहुत वड्डा जिहड़ा अख्तियार खेतर उन्हां दा नहीं है ਕਿਹੜੇ ਮੁੱਦੇ ਨੇ ਜਿਹੜੇ ਇਸ ਹਾਲਤ ਕਾਰਨ ਨਜ਼ਰਅੰਦਾਜ਼ ਹੋ ਰਹੇ ਨੇ ਤੁਹਾਨੂੰ ਲੱਗਦਾ ਕਿਉਂਕਿ ਤੁਸੀਂ ਦੋ ਵੱਡੇ ਸ਼ਹਿਰਾਂ ਦੇ ਕਮਿਸ਼ਨਰ ਰਹੇ ਹੋ? ਮੈਂ ਉਸ ਤੋਂ ਪਹਿਲਾਂ ਇੱਕ ਜ਼ਰੂਰ ਗੱਲ ਕਹਿਣਾ ਚਾਹਾਂਗਾ ਕਿ ਰਾਜਨੀਤਿਕ ਤੌਰ 'ਤੇ ਤਾਂ ਰਾਜਨੀਤਿਕ ਗੱਲਾਂ ਹੋਣਗੀਆਂ। ਹਾਂਜੀ ਸੈਂਟਰ ਸਟੇਟ ਦਾ ਰੌਲਾ ਪਏਗਾ, ਸਟੇਟ ਦਾ ਕਾਰਪੋਰੇਸ਼ਨ ਦਾ ਰੌਲਾ ਪੈਂਦਾ। ਸੱਚਾਈ ਇਹ ਹੈ ਕਿ ਕਾਰਪੋਰੇਸ਼ਨ ਔਰ ਕਮੇਟੀਜ਼ ਔਰ ਪੰਚਾਇਤਾਂ ਦੇ ਵਿੱਚ ਬਹੁਤ ਸਾਰੇ ਐਸੇ ਕੰਮ ਨੇ ਜਿਹਦਾ ਪੈਸੇ ਨਾਲ ਕੋਈ ਸੰਬੰਧ ਨਹੀਂ ਹੈ, ਲੇਕਿਨ ਉਹ ਆਮ ਲੋਕਾਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਜਾਂਦੀ ਹੈ। ਇਹ ਰਹੇ ਨੇ ਮਿਊਨਸਪਲ ਕਮੇਟੀ ਦੇ ਵੀ ਪ੍ਰਧਾਨ ਚੀਮਾ ਸਾਹਿਬ ਬੜੇ ਸਾਣੇ ਔਰ ਕਸ਼ਯਪ ਸਾਹਿਬ ਤਾਂ ਚੀਫ ਸੈਕਟਰੀ ਰਹੇ ਨੇ। ਡੈਥ ਐਂਡ ਬਰਥ ਸਰਟੀਫਿਕੇਟਸ ਨੇ, ਹਾਊਸ ਟੈਕਸ ਕਿਸ ਤਰ੍ਹਾਂ ਲੱਗੇਗਾ ਕਿਵੇਂ ਨਹੀਂ, ਜੋ ਲੱਗੇਗਾ ਐਕਸਟਰਾ ਲੱਗਣਾ ਚਾਹੀਦਾ, ਪ੍ਰੋਫਿਟ ਟੈਕਸ ਲੱਗਣਾ ਚਾਹੀਦਾ, ਉਹ ਤਾਂ ਬਾਅਦ ਦੀ ਗੱਲ ਹੈ। ਬਹੁਤ ਸਾਰੇ 70% ਮੁੱਦੇ ਜਿਹਦਾ ਸੰਬੰਧ ਹੀ ਹੈ ਨਹੀਂ ਗਾ ਡਿਵੈਲਪਮੈਂਟ ਨਾਲ, ਔਰ ਉਨਾ ਕੁ ਪੈਸਾ ਹੁੰਦਾ ਜੇ ਚਾਹੁਣ ਤਾਂ ਉਨਾ ਕੁ ਤਾਂ ਹੁੰਦਾ। ਆਫਟਰਆਲ ਜੇ 100 ਕਰੋੜ ਦਾ ਤੁਹਾਡਾ ਬਜਟ ਹੈ, 150-150 ਕਰੋੜ ਤੁਹਾਡੇ ਬਜਟ ਨੇ, ਉਹ 'ਚੋਂ 50-60 ਲੱਖ ਰੁਪਈਆ ਤੁਸੀਂ ਦੇ ਸਕਦੇ ਹਾਂ। ਅਕਰੋਸ ਦੀ ਟੇਬਲ ਅਸੀਂ ਕਿ ਕੌਂਸਲਰ ਨੂੰ ਕਹਿ ਸਕਦੇ ਹਾਂ ਵੀ ਭਾਈ ਤੈਨੂੰ 1 ਲੱਖ ਰੁਪਈਆ 2 ਲੱਖ ਰੁਪਈਆ ਦੇਵਾਂਗੇ, ਜਿਹੜਾ ਤੂੰ ਆਪਣਾ ਕੰਮ ਕਰਾ ਲਾ, ਕੋਈ ਗੱਲ ਨਹੀਂ, ਉਹ ਕੋਆਰਡੀਨੇਸ਼ਨ ਨਹੀਂ ਬਣਦਾ। ਮੈਂ ਸਿਰਫ ਇਹ ਕਹਾਂਗਾ ਕਿ ਸ਼ਿਮਲੇ ਦੇ ਵਿੱਚ ਪਿੱਛੇ ਜਿਹੇ ਇੱਕ ਇਲੈਕਸ਼ਨ ਹੋਇਆ ਹੈਗਾ, ਔਰ ਇੱਕ ਮੇਰੇ ਲਈ ਮੇਰੀ ਜੋ ਮੈਂ ਇੰਟਰਸਟ ਰੱਖਦਾ ਹੈਗਾ ਅਰਬਨ ਡਿਵੈਲਪਮੈਂਟ ਦੇ ਵਿੱਚ, ਉਹ ਇੱਕ ਮੇਰੇ ਮੁਤਾਬਕ ਸਹੀ ਮੁੱਦਾ ਹੈਗਾ। ਇੱਕ ਮੇਅਰ ਆਪਣੇ ਵਾਰਡ ਦੇ ਲਈ ਪਹਿਲਾਂ ਪੈਸੇ ਆਪਣੇ ਲਈ ਭਾਲਦਾ, ਜੇ ਮਾੜੇ ਮੋਟੇ ਬਚਦੇ ਨੇ ਫਿਰ ਉਹਨੂੰ ਧੱਕਾ ਲਾਉਂਦਾ ਕਿ ਮੈਨੂੰ ਦਿਓ। ਉਹਦੀ ਐਕਸੈਸ ਵੀ ਮੇਅਰ ਦੀ ਹੈਗੀ ਹੈ, ਅੱਗੇ ਪਾਵਰ ਜਿਹੜੀ ਪਾਰਟੀ ਦੇ ਪਾਵਰ ਦੇ ਬੰਦੇ ਨੇ ਚਾਹੇ ਓਪੋਜੀਸ਼ਨ ਦੇ ਚਾਹੇ ਦੂਸਰੇ ਨੇ, ਉਹਦਾ ਆਪਣੀ ਜ਼ੋਰ ਲੱਗਿਆ ਰਹਿੰਦਾ। ਜਿੰਨਾ ਚਿਰ ਪੂਰੇ ਸ਼ਹਿਰ ਦਾ ਇੱਕ ਨਈ ਮੇਅਰ ਜਿਹੜਾ ਸਿਲੈਕਟ ਕੀਤਾ ਜਾਂਦਾ, ਇਲੈਕਟ ਕੀਤਾ ਜਾਂਦਾ ਪੂਰੇ, ਕਿ ਪੂਰਾ ਸ਼ਹਿਰ ਕਿਹਨੂੰ ਪਸੰਦ ਕਰਦਾ, ਪਹਿਲੀ ਤਾਂ ਗੱਲ ਇਹ ਹੈ। ਦੂਜੀ ਗੱਲ ਜਿਹੜਾ ਮੈਂ ਮੁੱਦਾ ਉਠਾਉਣਾ ਚਾਹਾਂਗਾ ਉਹ ਇਹ ਹੈ ਕਿ ਕੌਂਸਲਰਸ ਜਿਹੜੇ ਹਨਗੇ ਨੇ ਉਹਨਾਂ ਨੂੰ ਮੰਗਤਿਆਂ ਦੀ ਤਰ੍ਹਾਂ ਭੱਜਣਾ ਪੈਂਦਾ ਹੈ। ਜਿਹੜੇ ਪਾਵਰਫੁੱਲ ਨੇ ਉੱਥੇ ਤਾਂ ਕੋਟਰੀ ਬਣ ਜਾਂਦੀ ਹੈ, ਜਦੋਂ ਕੋਟਰੀ ਬਣ ਜਾਂਦੀ ਹੈ ਉਹਦੇ ਇਰਦ ਗਿਰਦ ਕੰਮ ਘੁੰਮੀ ਜਾਂਦਾ ਹੈਗਾ। ਕੋਈ ਵੀ ਕਾਰਪੋਰੇਸ਼ਨ ਹੈ, ਜੇ ਤੁਸੀਂ ਮੈਨੀਫੈਸਟੋ ਪੜ੍ਹ ਲਓ, ਪਹਿਲਾਂ ਤਾਂ ਇਹ ਹੈਗਾ ਕਿ ਕਿਸੇ ਕਾਰਪੋਰੇਸ਼ਨ ਦਾ ਮੈਨੀਫੈਸਟੋ ਇਹ ਕਹਿੰਦਾ ਹੈਗਾ ਕਿ ਅਸੀਂ ਇੰਟੈਗ੍ਰੇਟਡ ਡਿਵੈਲਪਮੈਂਟ ਕਰਾਵਾਂਗੇ। ਕੀ ਸਾਡੇ ਮੁੱਦੇ ਨੇ ਉੱਥੋਂ ਦੇ? ਆਹ ਮੁੱਦੇ ਅੱਜ ਦੇ ਨਹੀਂ ਗੇ, 40 ਸਾਲ ਪਹਿਲਾਂ ਕੋਈ ਮੈਨੀਫੈਸਟੋ ਚੱਕ ਕੇ ਦੇਖ ਲਓ, ਹਰ ਕਾਰਪੋਰੇਸ਼ਨ 'ਚ ਇਹ ਹੋਏਗਾ। ਪੰਜਾਬ ਦੀ ਅਰਬਨ ਗਰੋਥ ਹਿੰਦੁਸਤਾਨ ਦੇ ਵਿੱਚ ਸਭ ਤੋਂ ਟੌਪ 'ਤੇ ਚੱਲ ਰਹੀ ਹੈ ਇਸ ਵੇਲੇ ਤਾਮਿਲਨਾਡੂ ਦੇ ਨਾਲ। 37% ਸਾਡੀ ਆਬਾਦੀ ਸ਼ਹਿਰਾਂ 'ਚ ਆ ਰਹੀ ਹੈਗੀ ਹੈ, ਔਰ 2025 ਤੱਕ ਜਾਂ ਉਸ ਤੋਂ ਪਹਿਲਾਂ ਹੀ ਬਲਕਿ 2020 ਤੱਕ 50% ਪਾਪੂਲੇਸ਼ਨ ਜਿਹੜੀ ਹੈਗੀ ਹੈ ਕਈ ਜ਼ਿਲ੍ਹਿਆਂ ਦੇ ਵਿੱਚ 50% ਤੋਂ ਉੱਪਰ ਹੋਗੀ। ਇਹ ਚੀਜ਼ ਨੂੰ ਇਸ ਚੀਜ਼ ਨੂੰ ਰਾਜਨੀਤਿਕ ਚੀਜ਼ ਤੋਂ ਪਰੇ ਉੱਠ ਕੇ ਨਿਊਰਮ ਦੀ ਗੱਲ ਕੀਤੀ ਹੈ ਸਰ ਨੇ, ਉਹਦੇ ਵਿੱਚ ਸਿੰਪਲ ਜੀ ਗੱਲ ਹੈਗੀ ਹੈ। ਨਿਊਰਮ ਦਾ ਮਤਲਬ ਹੈਗਾ ਅਰਬਨ ਰਿਨਿਊਅਲ ਮਿਸ਼ਨ। ਉਹ ਕਦੋਂ ਕਹਿੰਦੇ ਕਿ ਅਸੀਂ ਗ੍ਰਾਂਟ ਦੇਵਾਂਗੇ, ਉਹ ਕਦੋਂ ਕਹਿੰਦੇ ਕਿ ਅਸੀਂ ਤੁਹਾਡੀ ਮਦਦ ਕਰਾਂਗੇ? ਤੁਸੀਂ ਅਰਬਨ ਰਿਨਿਊਅਲ ਮਿਸ਼ਨ ਹੈਗਾ, ਯਾਨੀ ਕਿ ਅਸੀਂ ਤੁਹਾਨੂੰ ਸਸਟੇਨੇਬਲ ਕਰਨਾ 2025 ਤੱਕ। ਉਹ 'ਚ ਪਹਿਲੀ ਵਾਰੀ 70,000 ਕਰੋੜ ਰੁਪਈਆ ਰੱਖਿਆ ਸੀਗਾ, ਉਹ ਹੋਰ ਵੀ ਦੇਣ ਨੂੰ ਤਿਆਰ ਨੇ। ਜਿਵੇਂ ਉਹਨਾਂ ਨੇ ਮੁੱਦਾ ਉਠਾਇਆ ਸੀ ਕਿ ਗੁਜਰਾਤ ਹੈ, ਤਾਮਿਲਨਾਡੂ ਹੈ, ਵੈਸਟ ਈਵਨ ਵੈਸਟ ਬੰਗਾਲ, ਜਦੋਂ CPM ਉੱਥੇ ਰਾਜ ਕਰਦੀ ਸੀਗੀ ਉਹਨਾਂ ਨੇ ਨਿਊਰਮ ਥੱਲੇ ਪੈਸਾ ਲਿਆ। ਜਦੋਂ ਅਸੀਂ ਟੈਕਸ ਨਹੀਂ ਲਾਉਣਾ, ਅਸੀਂ ਹਰ ਥਾਂ ਸਬਸਿਡੀ ਦੇਈ ਜਾਣੀ ਹੈ, ਅਸੀਂ ਕਹਾਂਗੇ ਕੋਈ ਗੱਲ ਨਹੀਂ ਅਨਔਥਰਾਈਜ਼ ਕਲੋਨੀ ਨੂੰ ਲੀਗਲ ਕਰਨਾ। ਇਹ ਕਿੱਥੋਂ ਦੀ ਸੋਚ ਹੈਗੀ ਹੈ? ਸਿਰਫ ਵੋਟ ਬੈਂਕ ਨੂੰ, ਕੋਈ ਵੀ ਪਾਰਟੀ ਆਵੇ ਵੋਟ ਬੈਂਕ ਤੋਂ ਪਰੇ ਉੱਠ ਕੇ ਲੋਕਲ ਬਾਡੀ ਚਲਾਉਣੀਆਂ ਪੈਣਗੀਆਂ। ਜੇ ਨਹੀਂ ਚਲਾਵਾਂਗੇ ਤਾਂ ਮੈਂ ਸਮਝਦਾ ਕਿ ਪੰਜਾਬ ਇੱਕ ਡਿਜ਼ਾਸਟਰ ਤਰ੍ਹਾਂ। ਤੁਹਾਡਾ ਨੁਕਤਾ ਬਿਲਕੁਲ ਸਪਸ਼ਟ ਹੋ ਗਿਆ। ਹੁਣ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਅਸੀਂ ਇਹ ਚਰਚਾ ਜਾਰੀ ਰੱਖਾਂਗੇ।